ਡਿਪਾਰਟਮੈਂਟ ਨੂੰ ਲਿਖ ਕੇ ਦੇ ਰਹੀ ਹਾਂ ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਇਨਸਾਫ ਨਹੀਂ ਮਿਲਿਆ ਫਿਰ ਮਹਿਲਾ ਕਮਿਸ਼ਨ ਜਾਣਾ ਪਿਆ ਮੈਨੂੰ। ਮਹਿਲਾ ਕਮਿਸ਼ਨ ਦੇ ਵਿੱਚ ਚੱਲ ਹੀ ਰਿਹਾ ਸੀ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਸਬਮਿਟ ਹੋ ਗਿਆ। ਮੈਂ ਸੈਕਸ਼ੂਅਲ ਹੈਰੈਸਮੈਂਟ ਦਾ ਕੇਸ ਦਾਇਰ ਕੀਤਾ ਹੋਇਆ, ਕਿਉਂਕਿ ਜਿਹੋ ਜਿਹੀਆਂ ਇਸ ਪਵਿੱਤਰ ਦਫ਼ਤਰਾਂ ਜਾਂ ਉਹ ਸਕੂਲ ਸਥਾਨ ਦੇ ਅੰਦਰ ਇਹੋ ਜਿਹੀਆਂ ਹਰਕਤਾਂ ਕਰ ਰਹੇ ਸਨ, ਆਈ ਵਾਜ ਟੋਟਲੀ ਮੇਰਾ ਨਾਮ ਕਿਰਨ ਬੰਗੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਇੰਗਲਿਸ਼ ਮਿਸਟਰੈਸ ਦੇ ਤੌਰ 'ਤੇ ਕੰਮ ਕਰ ਰਹੀ ਹਾਂ। ਮੈਂ ਬਹੁਤ ਲੰਬੇ ਸਮੇਂ ਤੋਂ ਪੀੜਿਤ ਹਾਂ, ਬਹੁਤ ਲਿਖ ਲਿਖ ਕੇ ਦਿੱਤਾ, ਮੈਂ ਡਿਪਾਰਟਮੈਂਟ ਨੂੰ ਵੀ ਬੇਨਤੀ ਕੀਤੀ ਕਿ ਇਹੋ ਜਿਹੇ ਅਫਸਰ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਅਫਸਰੀ ਜਿਹੜੀ ਆ ਉਹ ਰਾਜਨੀਤਿਕ ਸ਼ਹਿਰ ਨਾਲ ਮਿਲੀ ਆ, ਅਤੇ ਆ ਕੇ ਉਹਨਾਂ ਨੇ ਜੋ ਮੇਰੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਮੈਂ ਕਦੀ ਡਿਪਾਰਟਮੈਂਟ ਨੂੰ ਲਿਖ ਰਹੀ ਹਾਂ ਇਨਸਾਫ ਦੇ ਲਈ, ਡਿਪਾਰਟਮੈਂਟ ਨੂੰ ਲਿਖ ਕੇ ਦੇ ਰਹੀ ਹਾਂ ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਇਨਸਾਫ ਨਹੀਂ ਮਿਲਿਆ ਫਿਰ ਮਹਿਲਾ ਕਮਿਸ਼ਨ ਜਾਣਾ ਪਿਆ ਮੈਨੂੰ। ਮਹਿਲਾ ਕਮਿਸ਼ਨ ਦੇ ਵਿੱਚ ਚੱਲ ਹੀ ਰਿਹਾ ਸੀ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕੇਸ ਸਬਮਿਟ ਹੋ ਗਿਆ। ਮੈਂ ਸੈਕਸ਼ੂਅਲ ਹੈਰੈਸਮੈਂਟ ਦਾ ਕੇਸ ਦਾਇਰ ਕੀਤਾ ਹੋਇਆ, ਕਿਉਂਕਿ ਜਿਹੋ ਜਿਹੀਆਂ ਇਸ ਪਵਿੱਤਰ ਦਫ਼ਤਰਾਂ ਜਾਂ ਉਹ ਸਕੂਲ ਸਥਾਨ ਦੇ ਅੰਦਰ ਇਹੋ ਜਿਹੀਆਂ ਹਰਕਤਾਂ ਕਰ ਰਹੇ ਸਨ, ਆਈ ਵਾਜ ਟੋਟਲੀ ਅਗੇਂਸਟ ਹਿਜ਼ ਡਰਟੀ ਵਿਸ਼ਿਜ਼ ਵੈਨ ਆਈ ਰਿਫਿਊਜ਼ ਟੂ ਫੁਲਫਿਲ ਹਿਜ਼ ਵਿਸ਼ਿਜ਼। ਹੀ ਸਟਾਰਟਡ ਟੂ ਅਬਿਊਜ਼ ਮੀ ਓਫੀਸ਼ੀਅਲੀ, ਓਫੀਸ਼ੀਅਲ ਐਲੀਗੇਸ਼ਨ ਲਾਉਣੀ ਸ਼ੁਰੂ ਕਰ ਦਿੱਤੇ ਔਰ ਪਬਲਿਕਲੀ ਹਰਾਸ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਇੱਕ ਤਾਂ ਉਹ ਇਨਸਾਨ ਮੈਨੂੰ ਸੈਕਸ਼ੂਅਲੀ ਹਰਾਸ ਕਰ ਰਿਹਾ, ਦੂਸਰਾ ਓਫੀਸ਼ੀਅਲੀ ਹਰਾਸ ਕਰ ਰਿਹਾ। ਉਸ ਤੋਂ ਬਾਅਦ ਮੇਰੀ ਲਾਈਫ ਇੰਨੀ ਵਰਸਟ ਹੋ ਗਈ ਕਿ ਜਦੋਂ ਸ਼ਾਮ ਨੂੰ ਆਫਟਰ ਲੇਟ ਆਰਸ ਉਹ ਬੁਲਾਉਂਦਾ ਸੀ ਈਵਨਿੰਗ ਟਾਈਮ, ਈਵਨ ਕਿ ਡਿਪਾਰਟਮੈਂਟ ਵੱਲੋਂ ਲੈਟਰ ਜਾਰੀ ਹੋਏ ਆ ਕਿ ਤੁਸੀਂ ਲੇਡੀ ਸਟਾਫ ਨੂੰ ਗਰਮੀਆਂ 'ਚ ਦੋ ਔਰ ਸਰਦੀਆਂ 'ਚ ਤਿੰਨ ਤੋਂ ਬਾਅਦ ਨਹੀਂ ਬੁਲਾ ਸਕਦੇ ਔਫਿਸ। ਈਵਨ ਦੈਨ ਹੀ ਕਾਲਡ ਮੀ ਐਂਡ ਆਈ ਹੈਡ ਟੂ ਗੋ ਬਿਕੋਜ਼ ਆਈ ਵਾਜ਼ ਹਿਜ਼ ਸਬਆਰਡੀਨੇਟ, ਤਾਂ ਮੈਨੂੰ ਜਾਣਾ ਪੈਂਦਾ ਸੀ। ਔਰ ਉਸ ਟਾਈਮ ਉਹ ਜਿਹੋ ਜਿਹੀਆਂ ਉਹਨਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਸੀ, ਮਤਲਬ ਉਹ ਦੱਸਣ ਯੋਗ ਨਹੀਂ ਆ, ਸੋ ਆਈ ਕਾਂਟ ਟੈਲ ਅਬਾਊਟ ਦੀਸ। ਪਰ ਫਿਰ ਵੀ ਦੱਸਣੀਆਂ ਇਸ ਲਈ ਬਣਦੀਆਂ ਤਾਂ ਕਿ ਜਿਹੋ ਜਿਹਾ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ, ਇੱਕ ਸਾਡੀ ਐਜੂਕੇਸ਼ਨ ਦਾ ਨਾਰਾ ਹੈ। ਇੱਕ ਗੱਲ ਦੱਸੋ, ਮਹਿਲਾ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੋਰ ਜਿਹੜੀਆਂ ਕੁੜੀਆਂ ਤੁਸੀਂ ਕਹਿ ਰਹੇ ਹੋ ਰੋਪੜ ਦੇ ਵਿੱਚ ਵੀ ਸ਼ਿਕਾਇਤ ਦਿੱਤੀ ਇਸ ਦੇ ਖਿਲਾਫ, ਉਹ ਸਾਰਿਆਂ ਨੂੰ ਲੈ ਕੇ ਤੁਸੀਂ ਕ੍ਰਿਸ਼ਨ ਕੁਮਾਰ ਜਾਂ ਕਿਸੇ ਨੂੰ ਮਿਲੇ ਹੋ ਵੱਡੇ ਅਧਿਕਾਰੀ ਨੂੰ? ਹਾਂਜੀ ਮਿਲੇ, ਉਹਨਾਂ ਨੂੰ ਵੀ ਮਿਲੇ ਅਸੀਂ ਔਰ ਬਾਰ ਬਾਰ ਡਿਪਾਰਟਮੈਂਟ ਨੂੰ ਲਿਖ ਕੇ ਦਿੱਤਾ ਆ। ਗੱਲ ਇਹ ਹੈ ਨਾ ਕਿ ਇੱਥੇ ਸਿਸਟਮ ਕੀ ਹੈ ਕਿ ਉਹ ਰਾਜਨੀਤਿਕ ਤੁਹਾਨੂੰ ਹਵਾਲਾ ਦੇ ਦਿੱਤਾ, ਉਹ ਮੈਨੇਜ ਕਰ ਲੈਂਦੇ ਆ। ਕਿਤੇ ਸ਼ੱਕ ਹੈ ਤੁਹਾਨੂੰ ਕਿਹਦਾ ਖਾਸ ਬੰਦਾ ਹੈ ਜੋ ਇਹਦੇ ਉੱਤੇ ਕਾਰਵਾਈ ਕਰ ਰਿਹਾ? ਡਾਕਟਰ ਸੁਖਵਿੰਦਰ ਸੁੱਖੀ, ਉਹ MLA ਨੇ ਇੱਥੋਂ ਬੰਗਾ ਹਲਕੇ ਦੇ। ਪਹਿਲਾਂ ਜਦੋਂ ਅਕਾਲੀ ਪਾਰਟੀ ਸੀ ਉਸ ਟਾਈਮ ਵੀ ਕੋਈ ਐਕਸ਼ਨ ਨਹੀਂ ਹੋਣਾ ਸੀ ਓਬਵੀਅਸਲੀ, ਕਿਉਂਕਿ ਉਹ ਅਕਾਲੀ ਆ। ਬਟ ਹੁਣ ਕਾਂਗਰਸ ਦਾ ਹੈ ਤਾਂ ਈਵਨ ਦੈਨ ਕੋਈ ਉਹਦੇ 'ਤੇ ਨਹੀਂ ਹੋ ਰਿਹਾ। ਜੋ ਚਾਹੁੰਦਾ ਉੱਥੇ ਉਹਦਾ ਮਤਲਬ ਪੂਰਾ ਗੜ ਕਿਹਾ ਜਾ ਸਕਦਾ। ਉਹ ਸਕੂਲ ਜਾਂ ਆਫਿਸਿਸ ਨੂੰ ਕੋਈ ਵਿੱਦਿਆ ਦੇ ਮੰਦਰ ਨਹੀਂ ਸਮਝਦਾ, ਉਹ ਇਹਨਾਂ ਨੂੰ ਅੱਡੇ ਬਣਾਇਆ ਹੋਇਆ ਉਹਨਾਂ ਨੇ। ਕਿਉਂਕਿ ਉਹਦੇ ਵਰਡਸ ਵੀ ਇਹੀ ਆ ਕਿ ਮੈਨੂੰ ਵੀ ਜਦੋਂ ਉਹਨਾਂ ਨੇ ਇਹ ਕਿਹਾ ਸੀ ਕਿ ਤੁਹਾਨੂੰ ਜੇ ਤੂੰ ਮੇਰੀਆਂ ਗੱਲਾਂ ਮੰਨ ਲਏਗੀ ਤਾਂ ਮੈਂ ਤੈਨੂੰ ਸਰਪੰਚੀ ਦੇ ਅਹੁਦੇ ਤੋਂ ਲਾ ਕੇ, ਤੁਸੀਂ ਉਹਨਾਂ ਦੇ ਵਰਡਸ ਸੁਣ ਲਓ ਕਿ ਸਰਪੰਚੀ ਦੇ ਅਹੁਦੇ ਤੋਂ ਲਾ ਕੇ ਤੈਨੂੰ ਨੰਬਰਦਾਰ ਨਹੀਂ ਬਣਾਉਣਾ, ਤੈਨੂੰ ਤਾਂ ਮੈਂ ਪ੍ਰਵੇਸ਼ ਪੰਜਾਬ ਇੰਸਪੈਕਟਰ ਬਣਵਾਉਣਾ ਜੇ ਤੂੰ ਮੇਰੀਆਂ ਗੱਲਾਂ ਮੰਨੇਗੀ, ਪਰ ਤੂੰ ਮੰਨ ਨਹੀਂ ਰਹੀ। ਬਹੁਤ ਕੁਝ ਕਿਹਾ ਉਹਨਾਂ ਨੇ, ਮਤਲਬ ਇੱਕ ਜਿਹੜਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੁੰਦਾ ਉਹ ਸੇਧ ਦੇਣ ਵਾਲਾ ਹੋਣਾ ਚਾਹੀਦਾ, ਉਹਨਾਂ ਵਿੱਚ ਇਹ ਨਹੀਂ ਸੀ। ਅਤੇ ਦੂਸਰੀ ਇੰਪੋਰਟੈਂਟ ਗੱਲ ਇਹ ਆ ਕਿ ਜੇ ਮੈਂ ਕੁਝ ਗਲਤ ਕੀਤਾ ਹੁੰਦਾ ਤਾਂ ਮੈਂ ਫਿਰ ਉਹਨਾਂ ਦੀਆਂ ਕੰਪਲੇਂਟਸ ਕਿਉਂ ਕਰਨੀਆਂ ਸੀ? 2014 ਮੈਂ ਹੁਣ ਯੂਨੀਅਨ ਦੇ ਅੱਗੇ ਆਪਣਾ ਰੱਖਿਆ ਹੈਗਾ ਮੈਟਰ ਇਹ, ਕਿਉਂਕਿ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ। ਫਿਰ ਮਹਿਲਾ ਕਮਿਸ਼ਨ ਦੇ ਵਿੱਚ ਵੀ ਉਹ ਸਟੇਟਸ ਪੈਂਡਿੰਗ ਹੈ, ਹੁਣ ਕੋਰਟ 'ਚ ਕੇਸ ਆ ਗਿਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ 'ਤੇ ਪੁਲਿਸ ਕੇਸ ਬਣਾਉਣੇ ਸ਼ੁਰੂ ਕਰ ਦਿੱਤਾ ਕਿ ਇਹਨੂੰ ਕਿਸੇ ਤਰ੍ਹਾਂ ਟੋਰਚਰ ਕੀਤਾ ਜਾਵੇ। ਮੇਰੇ 'ਤੇ ਇਹੀ ਪਾਇਆ ਕਿ ਪੈਂਫਲੇਟ ਜਿਹੜੇ ਆ ਤੁਸੀਂ ਸਾਡੇ ਖਿਲਾਫ ਬਣਾ ਬਣਾ ਕੇ ਪ੍ਰਿੰਟ ਕਰਾ ਰਹੇ ਹੋ। ਮੈਂ ਤਾਂ ਖੁਦ ਪੀੜੇ ਤਾਂ ਮੇਰੇ ਕੋਲ ਨਾ ਤਾਂ ਇੰਨਾ ਟਾਈਮ ਹੈ ਨਾ ਇਹਨਾਂ ਫਾਲਤੂ ਕੰਮਾਂ ਲਈ ਮੇਰੇ ਕੋਲ ਪੈਸਾ ਹੈ, ਸੈਲਰੀ ਤਾਂ ਮੈਨੂੰ ਮਿਲ ਨਹੀਂ ਰਹੀ। ਸੋ ਵਟ ਕੈਨ ਆਈ ਡੂ? ਹਾਂਜੀ ਹੁਣ ਪੜ੍ਹਾ ਰਹੀ ਹਾਂ ਮੈਂ, ਵਿਦਾਊਟ ਸੈਲਰੀ ਪੜ੍ਹਾ ਰਹੀ ਹਾਂ। ਮੈਨੂੰ 11-12 ਮਹੀਨੇ ਦੀ ਸੈਲਰੀ ਵੈਸੇ ਨਹੀਂ ਮਿਲੀ, ACP ਮੇਰਾ ਨਹੀਂ ਮਿਲਿਆ। ਔਰ ਜਦੋਂ ਮੈਂ ਪੁੱਛਦੀ ਹਾਂ ਅਧਿਕਾਰੀਆਂ ਨੂੰ, ਪਹਿਲੀ ਸੈਲਰੀ ਸਸਪੈਂਸ਼ਨ ਜਿਹੜੀ ਇਹਨੇ ਮੇਰੀ ਫੇਕ ਐਲੀਗੇਸ਼ਨ ਲਾ ਕੇ ਮੈਨੂੰ ਸਸਪੈਂਡ ਕੀਤਾ ਸੀ, ਉਹਦਾ ਰੋਕਿਆ ਹੋਇਆ।
जबकि कोई दोष तो साबित होया नहीं मेरे ते वह बनता नहीं सी रोकना इवन दैन क्योंकि उन्होंने चलता है सारा राजनीतिक आगू की शह हैगी है तो वह बी पी ओ दफ्तर से भी अपना दबदबा जरा बना लें हूँ प्रमोशन तो बाद जो मैं मे च प्रमोट हुई हूँ उस तो बाद हूँ तक कॉन्टीन्यूसली सैलरी बिल्कुल नहीं मिली और ना ही वह कहती देनी है मैं उही करांगी जो मैं दिनेश कहे मतलब उन्हों का दबदबा आ मैं समझ नहीं आती कि मेरा कसूर की है कि एक औरत होना है मेरा कसूर हो गया या एक हक सच की आवाज़ उठाना हो गया या जबर जुलम के अगेंस्ट जाना मेरा गुनाह हो गया मतलब मैनू कुछ समझ नहीं आ रही कि यह सारा सिस्टम की है इसलिए फिर मैं यूनियन की शरण चा हूँ जो भी करेंगे असी हाँ इंसाफ लैन वास्ते अज असी पंजाब स्वाइडनेस सर्कुलेशन वालों तुहाडे प्रिंट मीडिया ते इलैक्ट्रॉनिक मीडिया के राही एक और सनसनी केस तुहाडे सामने लियाए हाँ भी एक साडी अध्यापका किरण वंगर जिहड़ी इंग्लिश की अध्यापका है साडे नाल बैठे ने ते उन्होंने उस समय का डीओ दिनेश कुमार जिहड़ा अजकल फतेहगढ़ साहब लगे हुए ने लगातार पिछले 6 साल तो इन्हां नाल हरासमेंट कर रहा है सैक्सुअल हरासमेंट कर रहा है तो दफ्तर इन्हों समय तो बाद बना रहा है तो लगातार इन्होंने जलील किया है उहदे नाल दी नाल उन्हें अपने राजसी असर सूख के राही सुखविंदर सिंह सुखी जिहड़ा MLA ने अकाली विधायक ने बंगा हल्के तो उन्होंने राही पिछले समय के अंदर इन्हां दी प्रमोशन होने के बावजूद इन्हों रिवल्ट कराया इन्हों दिया ACP के केस रुके इन्हों की 11 महीने की तनखाह जी है अज तक इन्हों नहीं दिती गई तो उल्टा इन्हों दिया इनकुआरियां खोलिया गई ये पिछले लंबे 6 साल तो अपने तौर पर इस केस में जोड़े फेस करते आ रहे थे ये कोर्ट के भी गए तो कोर्ट तो पहला विभाग के इंसाफ लैन अपने DGSC सुख अपने सैकटरी एजुकेशन अपने एजुकेशन मिनिस्टर CM तो महिला कमिश्न तो पुलिस कमिश्नर तक इन्होंने पहुँच की है पर दुख ना कहना पै रहा भी इन्हों किसी भी स्टेज तो कोई इंसाफ नहीं मिलया उस तो बाद कोर्ट च गए है कोर्ट च इन्हों थोड़ी बहुत राहत मिली है पर अज असी यह फैसला किया क्योंकि इन्होंने अपना जोड़ा दुख सानू जो 29 तरीक न समुचा दसिया है जदों समुचे अध्यापक उस DO दिनेश कुमार के समुचे बिहेवियर के खिलाफ रैली कर रहे सन तो इन्होंने उस रैली के आके उस DO के खिलाफ जो इन्होंने पिछले समय से इन्होंने हड्डी हंडाया है वह दसिया उस तो बाद इन्होंने केस सानू पंजाब स्वाइन सर्वफेडरेशन दिता है असी यह फैसला किया है भी इस DO तो असी मंग करते हैं तुहाडे माध्यम राही मंग करते हैं भी एक जो सिक्ख्या विभाग बड़ा पवित्र अदारा हो उस अदारे के अंदर ये DO जे रोपड़ रहा है तो उतों दिया महिला अध्यापक ने ये खिलाफ़ लिख के दिता है तो वो खिलाफ़ कोई कार्रवाई नहीं हुई जे हुशियारपुर रहा है उतों के अध्यापक ने लिख के दिता है नवें शहर रहा है उतों दिया लेडीज अध्यापक ने दूजे अध्यापक ने लिख के दिता है फतेहगढ़ गया है तो उत्थे भी अध्यापक ने लिख के दिता है पर ये खिलाफ़ कोई कार्रवाई नहीं होनी हो रही है तो ना पहला अकाली गोरमेंट वेले हो रही थी ना हुण कांग्रेस की सरकार वेले हो रही है असं ये मंग करनी चाहते हैं तुहाडे माध्यम के राही भी इस DO के खिलाफ़ अपराधिक परचा दर्ज करके सैक्सुअल हरासमेंट के अगेंस्ट परचा दर्ज करके ये खिलाफ़ तो इन मुअत्तल किया जाए तो यदि जी है निरपक्ष जी जांच जी है किसी एजेंसी तो करानी चाहिए है नहीं तो जी साड़ी पंजाब स्वाइन सर्फेडरेशन है जिते मैडम अदालत लड़नगे उत्थे असी बाहर अपने जत्थेबंधक दवा दे राही इन्हां दे सड़कां ते लड़ांगे ते इन्हां नूं इंसाफ दवाउण तक संघर्ष जिहड़ा साडा जारी रहेगा। काले इलम ते रूहानी इलम दे माहिर बाबा रहमत खान 2 घंटे च घर बैठे समाधान वशीकरण करना जां तोड़ना प्यार विच धोखा लव मैरिज पति पत्नी विच अणबण सौतन दुश्मन दा नाश अते लाटरी नंबर दे माहिर बाबा रहमत खान धोखा खादे लोग सानू एक बार फोन जरूर करो संपर्क 7039981।